ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਐਸਐਸਪੀ ਜਲੰਧਰ ਦੇਹਾਤੀ ਨਵਜੋਤ ਸਿੰਘ ਮਹਾਲ ਜੀ ਦੇ ਦਿਸ਼ਾ ਨਿਰਦੇਸ਼ ਤੇ ਥਾਣਾ ਮੁਖੀ ਗੁਰਾਇਆ ਤੇਵਲ ਸਿੰਘ ਨੇ ਥਾਣਾ ਗੁਰਾਇਆ ਅਧੀਨ ਪਿੰਡ ਵਿੱਚ 24 ਘੰਟੇ ਦਾ ਠੀਕਰੀ ਪਹਿਰਾ ਸ਼ੁਰੂ ਕਰਵਾਇਆ। ਉਹਨਾਂ ਨੇ ਕਿਹਾ ਕਿ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਤੇ ਰੱਸੀਆਂ ਬੰਨ੍ਹ ਕੇ ਪਹਿਰੇ ਲਗਵਾਏ ਗਏ ਤਾਂ ਜੋ ਬਾਹਰਲੇ ਪਿੰਡਾਂ ਦੇ ਲੋਕ ਇੱਕ ਦੂਜੇ ਪਿੰਡਾਂ ਵਿੱਚ ਦਾਖਲ ਨਾ ਹੋਣ। ਕਿਹਾ ਕਿ ਥਾਣਾ ਗੁਰਾਇਆ ਅਧੀਨ ਪੈਂਦੇ ਕਿਸੇ ਵੀ ਪਿੰਡ ਦੀ ਪੰਚਾਇਤ ਨੇ ਅਣਗਹਿਲੀ ਕੀਤੀ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਅੱਜ ਕਰਫਿਊ ਦੇ ਦਰਮਿਆਨ ਪਿੰਡ ਪਿੰਡ ਜਾ ਕੇ ਜਿੰਨੀਆਂ ਗਲੀਆਂ ਸੀਗੀਆਂ ਜਾਂ ਰੋੜਾਂ ਜਾਂਦੀਆਂ ਸੀ ਉਹ ਸਾਰੀਆਂ ਸੀਲ ਕਰਵਾਈਆਂ ਗਈਆਂ। ਉੱਥੇ ਵਲੰਟੀਅਰ ਲਾਏ ਗਏ, ਠੀਕਰੀ ਪਹਿਰੇ ਲਾਏ ਗਏ ਪਿੰਡ ਦੇ ਨੌਜਵਾਨਾਂ ਨੂੰ ਨਾਲ ਲੈ ਕੇ। ਉਹ ਨੌਜਵਾਨ ਉੱਥੇ ਬੈਠੇ ਲਿਖਦੇ ਆ ਕਿ ਪਿੰਡ ਦੇ ਵਿੱਚੋਂ ਪਿੰਡ ਦਾ ਬੰਦਾ ਕੋਈ ਬਾਹਰ ਦਵਾਈ ਲੈਣ ਜਾਂਦਾ ਅਤੇ ਕਿੰਨੇ ਟਾਈਮ 'ਤੇ ਆਵਾਂ ਵਾਪਸ, ਅਤੇ ਦੂਸਰੇ ਪਿੰਡ ਦੇ ਬੰਦਿਆਂ ਨੂੰ ਮਨਾਹੀ ਆ, ਦੂਸਰੇ ਪਿੰਡ ਦਾ ਬੰਦਾ ਉਸ ਪਿੰਡ ਦੇ ਵਿੱਚ ਨਹੀਂ ਆਊਗਾ। ਔਰ ਇਹਨਾਂ ਦੇ ਵਿੱਚ ਨਾਲ ਪਿੰਡ ਦੇ ਵਿੱਚ ਇਕੱਲੇ ਇਕੱਲੇ ਪਿੰਡ 'ਚ ਵਾਰਨਿੰਗ ਦਿੱਤੀ ਗਈ ਆ ਵੀ ਜਿਹੜਾ ਕਰਫਿਊ ਨੂੰ ਤੋੜੂਗਾ ਜਾਂ ਪਤਾ ਲੱਗਦਾ ਕੋਈ ਤਾਸ਼ ਖੇਲੂਗਾ, ਕੋਈ ਝਾੜੀਆਂ ਥੱਲੇ ਬੈਠੂਗਾ, ਅਤੇ ਉਹਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਊ, ਮੁਕੱਦਮਾ ਦਰਜ ਕੀਤਾ ਜਾਊਗਾ।